ਇੱਕ ਪਿਓ ਦੀ ਲਾ ਲੈ ਕੈਮਰਾ ਥੱਲੇ ਕਰ ਲੈ ਮਰਦ ਨੀ ਜਨਾਨੀ ਦੇ ਪੱਲੂ ਤੈਨੂੰ ਪਾੜ ਕੇ ਰੱਖਣੀ ਦੋ ਦਿਨਾਂ ਤੋਂ SHO ਸਾਹਿਬ ਨੂੰ ਬੋਲ ਰਹੇ ਹਾਂ ਕਿ ਸਾਡੀ ਕੰਪਲੇਂਟ ਦਰਜ ਕਰੋ, ਸਾਡੀ ਕੰਪਲੇਂਟ ਸੁਣੋ। ਸਾਨੂੰ ਕਿਉਂ ਨਹੀਂ ਸੁਣਦੇ ਪਏ? ਸਾਡੀ ਬਿਲਕੁਲ ਸੁਣੀ ਨਹੀਂ ਜਾ ਰਹੀ। ਅਸੀਂ ਵਾਰ ਵਾਰ ਇਹਨਾਂ ਦੇ ਰਿਕੁਐਸਟ ਸਰ, ਤੁਸੀਂ ਉਹਨਾਂ ਦਾ ਸੁਣ ਕੇ ਪਰਚਾ ਸਾਡੇ 'ਤੇ ਪਾਲਤਾ ਹੈ। ਦੋ ਦੀ ਤਿੰਨ ਹੀ ਚਾਰ ਧਾਰਾ ਸਾਡੇ 'ਤੇ ਪਾਲਦੀ ਹੈ। ਹਾਂਜੀ, ਮੇਰੇ ਹਸਬੈਂਡ ਪਾਉਣ ਤੋਂ ਬਾਅਦ ਸਵੇਰੇ ਮੈਨੂੰ ਦੱਸਿਆ ਵੀ ਨਹੀਂ, ਫੋਨ ਕਰਕੇ ਇਨਫੋਰਮ ਵੀ ਨਹੀਂ ਕੀਤਾ ਕਿ ਕਹਿੰਦੇ ਨਹੀਂ ਜੀ ਤੁਹਾਡੇ 'ਤੇ ਪਰਚਾ ਦਰਜ ਹੋ ਗਿਆ। ਸਵੇਰੇ ਮੈਨੂੰ 3% ਦਾ ਕਿਸੇ ਦਾ ਫੋਨ ਆਉਂਦਾ ਹੈ ਕਿ ਬਈ ਤੁਹਾਡੇ ਨਾਲ ਮਾੜੀ ਘਟਨਾ ਹੋ ਗਈ ਹੈ, ਤੁਹਾਡਾ ਪਰਚਾ ਦਰਜ ਹੋ ਗਿਆ। ਮੈਡਮ, ਕਿਸ ਚੀਜ਼ ਦਾ ਪਰਚਾ ਹੈ? ਪਰਚਾ ਜੀ, ਕੀ ਕਹਿੰਦੇ ਨੇ, ਜਨਾਨੀ ਨੂੰ ਮਾਰਿਆ ਕੁੱਟੇ ਜੀ। ਸਰ, ਇੱਕ ਜਨਾਨੀ ਨੇ ਆ ਕੇ ਮੇਰੇ ਹਸਬੈਂਡ ਦੀ ਪਹਿਲਾਂ ਟੀ ਸ਼ਰਟ ਫਾੜੀ ਹੈ। ਟੀ ਸ਼ਰਟ ਫਾੜਨ ਤੋਂ ਬਾਅਦ ਜਨਾਨੀ ਨੇ ਫਾੜੀ ਇੱਕ ਬੰਦੇ ਦੀ, ਠੀਕ ਹੈ। ਉਹ ਕਿਸੇ ਨੂੰ ਨਹੀਂ ਦਿਖਿਆ, ਉਹ ਚੀਜ਼ ਦਿਖੀ ਹੈ ਕੀ ਕਹਿੰਦੇ ਨੇ, ਜਦੋਂ ਬੰਦਾ ਕੁੱਟਦਾ ਪਿਆ ਉਹਦਾ ਹਸਬੈਂਡ ਵੀਡੀਓ ਬਣਾ ਰਿਹਾ। ਕਿੱਥੇ ਦੀ ਗੱਲ ਹੈ? ਆ ਆਪਣਾ ਰੈੱਡ ਕ੍ਰੋਸ ਮਾਰਕੀਟ ਜਿੱਥੇ ਕੈਮਰੇ ਲੱਗੇ ਨਹੀਂ ਕੈਮਰੇ ਉੱਥੇ ਕੈਮਰੇ ਹੋਣ ਤੇ ਵੀਰੇ ਮੇਰਾ ਤੇ ਸਭ ਕੁਝ ਸੋਟ ਆਊਟ ਨਾ। ਕਦੋਂ ਦੀ ਘਟਨਾ ਹੈ? 4 ਦਿਨ ਹੋ ਗਏ ਜੀ ਇਸ ਘਟਨਾ ਨੂੰ। ਆ ਦੇਖੋ ਸਰ, ਆ ਕਿਸੇ ਨੂੰ ਨਿਸ਼ਾਨ, ਆ SHO ਨੂੰ ਨਿਸ਼ਾਨ ਨਹੀਂ ਦਿਖੇ, SHO ਸਾਹਿਬ ਨੂੰ ਨਿਸ਼ਾਨ ਨਹੀਂ ਦਿਖੇ। ਇਸ ਚੀਜ਼ ਦੀ ਕੋਈ ਸੁਣਵਾਈ ਨਹੀਂ। ਉਹ ਜਨਾਨੀ ਝੂਠੇ ਬੋਲਦੀ ਪਈ ਹੈ ਜੀ ਮੇਰਾ ਹੱਥ ਟੁੱਟ ਗਿਆ, MRI ਹੋਈ ਹੈ। ਤੁਸੀਂ ਜਾ ਕੇ ਸਾਰਾ ਇਨਕੁਆਇਰੀ ਕਰ ਸਕਦੇ ਹੋ, ਤੁਸੀਂ ਜਾ ਕੇ, ਠੀਕ ਹੈ ਨਾ। ਤੁਸੀਂ ਜਾ ਕੇ SHO ਸਾਹਿਬ ਨੂੰ ਕਹੋ, ਜਾ ਕੇ ਇਨਕੁਆਇਰੀ ਕਰੋ, ਜੋ ਗਲਤ ਹੈ ਉਹਨੂੰ ਸਜ਼ਾ ਦੇਵੋ। ਮੈਂ ਉਹੀ ਤਾਂ ਸਰ ਗੱਲ ਕਰ ਰਿਹਾ, ਤਬਲੀਗ ਕਰ ਰਿਹਾ, ਕੀ ਕਾਰਨ ਕੀ ਹੈ, ਕੀ ਗੱਲ ਕੀ ਹੋਈ ਹੈ।